ਹਾਂਜੀ ਮੰਮੀ ਜੀ ਸਤਿ ਸ੍ਰੀ ਅਕਾਲ। ਦਾਦੀ ਸਤਿ ਸ੍ਰੀ ਅਕਾਲ, ਤੇਰੇ ਪਿਓ ਨੇ ਮੇਰਾ ਜੀਣਾ ਹਰਾਮ ਕੀਤਾ ਹੈ। ਕੀ ਹੋਇਆ ਹੈ? ਨਹੀਂ, ਜਦੋਂ ਇਹਦੇ ਰਿਸ਼ਤੇਦਾਰ ਮੈਨੂੰ ਲਾ ਲਾ ਕੇ ਗੱਲਾਂ ਕਰਦੇ, ਇਹ ਮੇਰੇ ਵੱਲ ਦੀ ਗੱਲ ਕਿਉਂ ਨ਀ ਕਰਦਾ? ਇੱਕ ਮਿੰਟ, ਤੂੰ ਵੀ ਕੰਜਰਾ ਟੱਪਦਾ ਫਿਰਦਾ, ਮਾਂ ਦਾ ਦੁੱਖ ਸੋਲਾ। ਮੈਂ ਆਟਾ ਗੁੰਨਣ ਡਿਆ, ਮੈਂ ਕਿਹਾ ਗੁੰਦਾ ਗੁੰਦਾ ਹੀ ਤੁਹਾਡੀ ਗੱਲ ਸੁਣ ਲੈਣਾ ਹੈ। ਅੱਛਾ ਫੇਰ ਕੰਜਰਾ ਆਟਾ ਫੂਕਾ ਮਾਰ ਕੇ ਗੁੰਨਾ ਜਾ, ਪਾਣੀ ਵੀ ਲੈ ਗਿਆ। ਪਾਣੀ ਲਾਵਾਂ ਇੱਕ ਮਿੰਟ। ਤੇਰੀ ਤਾਈ ਦੀ ਨੌਂ ਇੰਨੀ ਚਲਾ ਕੇ ਸਾਰੇ ਜਣੇ ਪਹਾੜਾਂ ਤੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਹੋਲੀਆਂ ਤੇ ਮੇਰਾ ਨਾਂ ਹੀ ਨਹੀਂ ਲੈ ਕੇ ਇਹ ਨਾ ਮੈਨੂੰ ਪੁੱਛਿਆ? ਨਹੀਂ, ਡੈਡੀ ਨੂੰ ਨੀ ਪਤਾ ਲੱਗਦਾ ਉਹਨੇ ਕਿਉਂ ਨੀ ਗੱਲ ਕੀਤੀ? ਨਹੀਂ, ਉਹਨੇ ਮੇਰੀ ਗੱਲ ਸਵਾਹ ਕਰਨੀ, ਉਹਨੂੰ ਤੇ ਆਪਣੇ ਚੰਗੇ ਲੱਗਦੇ, ਮੈਂ ਥੋੜੀ ਚੰਗੀ ਲੱਗਦੀ। ਮੈਨੂੰ ਕਹਿ ਕੇ ਥੋੜੀ ਲਿਆ, ਮੈਂ ਤਾਂ ਤੁਹਾਡੇ ਘਰ ਦੇ ਲੈਣੇ ਦਿਲੇ ਤੇ ਇੰਡੀ। ਮੰਮੀ ਨਹੀਂ, ਮੇਰੇ ਰਿਸ਼ਤੇਦਾਰ ਕਿਦਾਂ? ਮੰਮੀ ਨਾ ਲੜੋ, ਹੋਲੀਆ ਮਨਾ ਮੇਰੀ ਦਰਾਣੀ ਨਾਲ, ਜਾ ਜਾ। ਨਹੀਂ, ਮੈਂ ਉਹਨੂੰ ਕੀ ਕਹਿਤਾ? ਕੀ ਪਤਾ ਉਹਨੇ ਮੈਨੂੰ ਖੜਨਾ ਕਿ ਨਹੀਂ ਖੜਨਾ। ਮੈਂ ਤੈਨੂੰ ਤਾਂ ਖੜੂਗੀ ਭਾਵੇਂ ਔਖੀ ਹੋ ਕੇ ਖੜੇ। ਮੰਮੀ, ਮੇਰਾ ਦੋਸਤ ਆ ਗਿਆ, ਨਾ ਲੜੋ ਮੇਰੀ ਇੱਜ਼ਤ ਉਹਦੇ ਸਾਹਮਣੇ। ਕੰਜਰਾ ਆਪਣੀ ਇੱਜ਼ਤ ਵੇਖ ਲੈ, ਮੇਰੀ ਇੱਜ਼ਤ ਨਾ ਵੇਖੀ, ਨਾ ਤੇਰਾ ਪਿਓ ਇੱਜ਼ਤ ਕਰਦਾ, ਨਾ ਕੰਜਰੀ ਲਾ ਦੇ ਇੱਜ਼ਤ ਕਰਦੀ। ਵੀ ਮੈਂ ਤਾਂ ਤੁਹਾਡੇ ਘਰ ਦੇ ਲੈਣੇ ਦੇਣੇ ਤੇ ਇੰਡੀ ਯਾਰ। ਮੇਰੇ ਮੰਮੀ ਡੈਡੀ ਲੜਦੇ ਬੜਾ ਹੀ, ਜਦੋਂ ਮੇਰੀ ਮੰਮੀ ਕਲਪੀ ਹੋਵੇ ਨਾ ਉਦੋਂ ਇੱਦਾਂ ਕਰਦੀ, ਹਾਏ ਵੇ ਮੈਂ ਤੁਹਾਡੇ ਤੋਂ ਕਿੰਨਾ ਦੁਖੀ, ਵੇ ਮੈਂ ਤੁਹਾਡੇ ਤੋਂ ਪਰੇਸ਼ਾਨ ਹੈ, ਵੇ ਮੈਂ ਆਪ ਤੁਹਾਡਾ ਕਿਹੜਾ ਲੜਾ ਦੇਣਾ। ਨਹੀਂ ਭਗਵਾਨ ਜੀ, ਮੈਂ ਉਹਨਾਂ ਨਾਲ ਹੋਲੀ ਪਹਾੜਾ ਚ ਮਨਾ ਵੀ ਆਊਂਗਾ, ਤੈਨੂੰ ਕੀ ਤਕਲੀਫ ਆ? ਮੈਂ ਤਾਂ ਕਹਿੰਦੀ ਤੂੰ ਉੱਥੇ ਪੱਕਾ ਪਹਾੜਾ ਚ ਰਹਿ ਪਈ। ਮੰਮੀ ਜੀ, ਹੈਪੀ ਹੋਲੀ। ਮਨਾ ਮਨਾ ਕੰਜਰਾ ਹੋਲੀਆਂ, ਤੂੰ ਇੱਥੇ ਮਨਾਈ ਜਾ, ਪਿਓ ਤੇਰਾ ਪਹਾੜਾ ਚ ਮਨਾਵੇ ਤੇਰੀ ਤਾਈ ਨਾਲ। $5 ਦਾ ਤੇਰਾ ਦੋਸਤ ਨੇ $18 ਦਾ ਉੱਤੇ ਆਟਾ ਡੋਲ ਤਾਈ। ਸਾਡਾ ਕਲੇਸ਼ ਮੁੱਕੇ ਤੇ ਅਸੀਂ ਆਪਣਾ ਕੋਈ ਕੰਮ ਤੇ ਨਾ ਕਰੀਏ, ਖਾ ਲੈ ਸਾਨੂੰ।